ਇਹ ਹੈਗਾ ਡਿਪਾਰਟਮੈਂਟ ਵਾਲਾ ਟਰੈਕਟਰ, ਜਿਵੇਂ ਤੁਹਾਨੂੰ ਪਹਿਲਾਂ ਕੁਆਡ ਦੇ ਵਿੱਚ ਖੜੇ ਦਿਖਾਉਣੇ ਹੁੰਦਾ ਹਨਾ ਵੀ ਡਿਪਾਰਟਮੈਂਟ ਵਾਲੇ, ਗੌਰਮੈਂਟ ਵਾਲੇ ਹੁੰਦੇ ਆ, ਕਈ ਆਰਮੀ ਵਾਲੇ ਹੁੰਦੇ ਆ, ਕਈ ਹੋਰ ਹੁੰਦੇ ਆ, ਤਾਂ ਇਹ ਉਹ ਟਰੈਕਟਰ ਹੈਗਾ। ਇਹ ਹੈਗਾ 96 ਮਾਡਲ, ਘਰ ਲਾਤਾ ਇਹ 2002 ਮਾਡਲ ਆ। ਇਹ ਕੰਡੀਸ਼ਨ ਮੈਨੂੰ ਬਹੁਤ ਸਾਫ਼ ਪਿਆ, ਜਿਵੇਂ ਟਰੈਕਟਰ ਅਤੇ ਮੁਤਾਬਕ 2002 ਮਾਡਲ ਆ। ਦੱਸਿਓ ਟਾਇਰ ਵਗੈਰਾ ਹੋਣਗੇ 40 ਕੁ ਪੈਸੇ ਹੈ ਨਾ, 35-40 ਪੈਸੇ ਆ। ਅਤੇ ਬਾਕੀ ਆਹ ਸਾਰਾ ਚੇਂਜ ਹੀ ਹੋ ਗਿਆ, HMT ਜਿਟਰ ਠੀਕ ਲੱਗਿਆ। ਪਹਿਲਾਂ ਸਭ ਤੋਂ ਪਹਿਲਾਂ ਪਾਵਰ ਸਟੀਅਰਿੰਗ ਕਰਿਆ ਸੀ, ਐਂ ਕਰਿਆ ਸੀਗਾ। ਆਹ ਚੀਜ਼ ਆ ਮੰਨ ਕੇ ਚੱਲ, ਇਹ ਦੱਸੋ ਦੱਸੋ ਦੀ ਹੈ ਨਾ, ਇਹ ਉਸੇ ਦੀ ਮਤਲਬ ਜਿਹੜਾ ਹੁੰਦਾ ਹੈਗਾ ਸਟੀਅਰਿੰਗ ਉਸੇ ਦੀ ਕਰਤਾ ਖਰਾਦ ਕਰਕੇ। ਲੋਕ ਵੱਜਦਾ ਕਿਹੜਾ, ਜੇ ਕਿਸੇ ਨੇ ਮਤਲਬ ਮੇਰੇ ਭਰਾ ਅੱਗੇ ਮਲਾਉਣਾ ਹੋਵੇ, ਕੀ ਨਹੀਂ ਹੁੰਦੇ ਹਨਾ, ਲੀਕਾ ਦੀ ਸ਼ੋਅ ਵਾਲਾ, ਸੋਨਾ ਲੀਕਾ ਦੀ ਸ਼ੋਅ ਵਾਲਾ, ਜਿੱਥੋਂ ਕਿੱਥੋਂ ਲੈ ਸਕਦੇ ਸਪੇਅਰ ਪਾਰਟ ਟਰੈਕਟਰਾਂ ਦੇ, ਕਿੰਨੇ ਕੁ ਤੱਕ ਦਾ ਮਿਲ ਜਾਂਦਾ ਇਹ ਲੱਗ ਰਿਹਾ ਟਰੈਕਟਰ ਨੂੰ। ਇੱਕ ਆਹ ਚੀਜ਼ ਮੈਂ ਦੇਖੀ ਆ, ਟਰੈਕਟਰ ਦੇ ਨਾ ਬੈਂਡ ਕਰਿਆ ਵੈਸ ਆ ਉਹੀ, ਇਹਦੇ ਨਾਲ ਕਟਾਈ ਦਾ ਫਰਕ ਪੈ ਜਾਂਦਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਚੱਲਦੇ ਹੁਣ ਭਾਈ ਰੂਪੇ, ਭਾਈ ਸੁੱਖੇ ਕੋਲੇ, ਨਾਟ ਗਿਆਰਾਂ ਲਿਆ ਸੀ ਮੈਂ, ਐਕਚੁਲੀ ਬਾਹਰ ਸੀਗਾ ਨਾ ਅਤੇ ਆਊਟ ਆਫ ਸਟੇਟ, ਅਤੇ ਨਾਟ ਗਿਆਰਾਂ ਸਾਨੂੰ ਚੰਗਾ ਲੱਗਿਆ ਅਤੇ ਉਹਦੇ ਨਾ ਆਪਾਂ ਕਰਨਾ ਕੋਈ ਐਕਸਪੈਰੀਮੈਂਟ ਹੀ ਕਹਿ ਲਈਏ, ਕੋਈ ਨਵੀਂ ਚੀਜ਼ ਲਾਉਣੀ ਆ ਅਤੇ ਹਾਲ ਤੱਕ ਸੀਗਰੇਟ ਰੱਖਾਂਗੇ ਹੈ ਨਾ। ਅਤੇ ਹੌਲੀ ਹੌਲੀ ਤੁਹਾਨੂੰ ਜਿਵੇਂ ਜਿਵੇਂ ਆਪਾਂ ਉਹਦਾ ਕੰਮ ਕਰਾਂਗੇ ਟਰੈਕਟਰ ਦਾ, ਤੁਹਾਨੂੰ ਇਹ ਬਲੌਗ ਮਿਲ ਤੁਹਾਨੂੰ ਮਿਲ ਜਾ ਕਰਨਗੇ ਅਤੇ ਇੱਦਾਂ ਹੋਰ ਵੀ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ। ਅਤੇ ਇਸ ਟਾਈਮ ਤੋਂ ਆਪਣੇ ਹੁਣ ਬਲੌਗ ਆਇਆ ਕਰਨਗੇ, ਬਲੌਗ ਦਾ ਮਤਲਬ ਹੁੰਦਾ ਇੰਟਰਟੇਨਮੈਂਟ ਪਲੱਸ ਨੌਲੇਜ, ਤਾਂ ਇਸ ਤਰ੍ਹਾਂ ਦੇ ਹੋਣਗੇ ਹੈ ਨਾ। ਅਤੇ ਬਾਕੀ ਚੱਲਦੇ ਹਾਂ ਆਪਾਂ, ਭਾਈ ਰੂਪੇ ਵੇਟ ਕਰੀ ਜਾਂਦੇ, ਆਪਾਂ ਥੋੜ੍ਹਾ ਜਿਹਾ ਹੋ ਗਏ ਲੇਟ, ਅਤੇ ਆਪਣਾ ਸਕੋਰ 355 ਇਹਦਾ ਵੀ ਆਪਾਂ ਹੁਣ ਮਾੜਾ ਮੋਟਾ ਕੰਮ ਕਰਾਉਣ ਵਾਲਾ। ਅਤੇ ਵਿਚਾਰੇ ਦਾ ਇੱਕ ਤਾਂ ਯਾਰ ਸਟੇਅਰਿੰਗ ਦਾ ਨਾ ਉਹ ਟੁੱਟ ਗਿਆ ਸਾਡੇ ਤੋਂ, ਵਾਇਰਿੰਗ ਟਾਈਟ ਹੋ ਗਿਆ ਇਹ, ਅਤੇ ਇਹਦਾ ਕੰਮ ਕੁੰਮ ਕਰਾ ਕੇ ਇਹਨੂੰ ਵੀ ਬਣਾਵਾਂਗੇ ਘੈਂਟ ਗੱਲਬਾਤ। ਅਤੇ ਕਰਦੇ ਆਪਾਂ ਗੱਡੀ ਸਟਾਰਟ ਨਾ, ਅਤੇ ਚੱਲਦੇ ਹਾਂ ਹੁਣ। ਤੁਹਾਨੂੰ ਮੈਂ ਭਾਈ ਰੂਪੇ ਜਾ ਕੇ ਹੀ ਮਿਲਦਾ ਗਾ, ਅਤੇ ਕਰਿਓ ਸ਼ੇਅਰ ਵੱਧ ਤੋਂ ਵੱਧ ਵੀਡੀਓ ਨੂੰ ਹੈ ਨਾ। ਲੈ ਵੀ ਜੱਟੋ, ਅਤੇ ਆਹ ਆਉਂਦੇ ਆ ਦੋ ਝੋਟੇ, ਠੀਕ ਆ, ਅਤੇ ਉਮਰ ਦਾ ਹੈਗਾ ਫਰਕ ਦੋਵਾਂ ਦਾ, ਜਵਾਨਾਂ ਦਾ, ਤੁਸੀਂ ਜਵਾਨੀਆਂ ਫਰੰਟ ਵਾਲੇ ਦੇ ਸਕਦੇ ਹੋ, ਠੀਕ ਆ। ਇੱਕ ਤਾਂ ਆਪਾਂ ਲੈ ਲਿਆ, ਇੱਕ ਬਾਈ ਆਪਣੇ ਸੁੱਖੇ ਨੇ ਲੈ ਲਿਆ ਟਰੈਕਟਰ, ਇੱਕ ਆਹ ਆਉਂਦਾ ਪਿੱਛੇ ਝੋਟਾ, ਇਹ ਹੈਗਾ ਮਾੜਾ ਜਿਹਾ ਵੱਡਾ, ਅਤੇ ਇਹ ਹੈਗਾ ਆਰਮੀ ਦਾ ਨਹੀਂ ਡਿਪਾਰਟਮੈਂਟ ਵਾਲਾ ਕਹਿ ਸਕਦੇ ਹਾਂ ਟਰੈਕਟਰ, ਅਤੇ ਚੱਲ ਕੇ ਦਿਖਾਉਣੇ ਆ। ਅਤੇ ਬਾਈ ਆਪਣੇ ਨਾਲ ਸੁੱਖਾ ਹੈ ਨਾ, ਭਾਈ ਜਾਣਦੇ ਹੀ ਸਾਰੇ, ਅਤੇ ਮੈਨੂੰ ਕਾਲ ਕਰੀ ਤੜਕੇ ਦੇ ਵੀ ਚੱਲ ਚੱਲ ਆ। ਅਤੇ ਹੁਣ ਅਸੀਂ ਲਿਆ ਮੋਗੇ ਅਰਗੇ ਤੋਂ ਲਿਆਂਦੇ ਇੱਧਰ ਵਾਲੇ ਟਰੈਕਟਰ, ਇੱਕ ਤਾਂ ਆਪਾਂ ਮੋਗੇ ਤੋਂ, ਇੱਕ ਲਿਆਂਦਾ ਬੰਧਨੀ ਕਲਾਂ ਤੋਂ, ਠੀਕ ਆ। ਅਤੇ ਜਿਹੜਾ ਰੇਟ ਦੀ ਗੱਲਬਾਤ ਹੈ ਉਹ ਤੁਹਾਨੂੰ ਐਵੇਂ ਕਹਿ ਲਈਏ ਵੀ ਥੋੜ੍ਹੇ ਟਾਈਮ ਬਾਅਦ ਦੱਸਾਂਗੇ, ਤੁਸੀਂ ਕਮੈਂਟ ਕਰਕੇ ਦੱਸਿਓ ਅਤੇ ਮੈਂ ਮਾਡਲ ਦੱਸਦਾ ਤੁਹਾਨੂੰ ਜਾ ਕੇ ਕਿਹੜਾ ਕਿਹੜਾ, ਅਤੇ ਤੁਹਾਨੂੰ ਮੈਂ ਕੰਡੀਸ਼ਨ ਵਗੈਰਾ ਦਿਖਾਉਣਾ ਟਰੈਕਟਰ ਦਾ। ਤੁਹਾਨੂੰ ਮੈਂ ਜਿਵੇਂ ਸ਼ੁਰੂ ਦੇ ਵਿੱਚ ਘਰੋਂ ਚੱਲਦੇ ਨੇ ਮੈਂ ਦੱਸਿਆ ਸੀਗਾ ਵੀ ਇਹ ਟਰੈਕਟਰ ਆਪਾਂ ਵੀਰੋ ਕੁਛ ਇਹੋ ਜਿਹਾ ਵੱਖਰਾ ਹੀ ਕਰਨਾ ਹੈਗਾ, ਜਿਵੇਂ ਕਹਿ ਲਈਏ ਵੀ ਸੀਕਰੇਟ ਹੀ ਰੱਖਾਂਗੇ ਅਤੇ ਵੱਖਰੀ ਚੀਜ਼ ਹੀ ਤਿਆਰ ਕਰਨੀ ਆ, ਹੈ ਨਾ। ਇਹ ਨਹੀਂ ਗਾ ਵੀ ਆਪਾਂ ਹਾਰ ਸ਼ਿੰਗਾਰ ਬਾਹਲਾ ਕਰਾਂਗੇ, ਕਰਕੇ ਦਿਖਾਉਣਾ, ਵੱਖਰੀ ਚੀਜ਼ ਕਰਕੇ ਦਿਖਾਵਾਂ। ਪਰਮਾਤਮਾ ਨੇ ਜੇ ਚਾਹਿਆ ਤਾਂ ਕਿਰਪਾ ਹੋਈ ਤਾਂ ਕਰ ਦਿਆਂਗੇ, ਹੈ ਨਾ। ਅਤੇ ਆਪਾਂ ਪਹਿਲਾਂ ਨਹੀਂ ਆ ਕਹਿੰਦੇ ਵੀ ਆਹ ਕਰਕੇ ਦੇਵਾਂਗੇ, ਸੀਕਰੇਟ ਹੀ ਤਾਂ ਹੀ ਉਹ ਰੱਖਿਆ ਗਿਆ ਸੀ। ਅਤੇ ਕਹਾ ਜਾਂਦਾ ਜੀ ਇਹ ਹੈਗਾ 96 ਮਾਡਲ, ਠੀਕ ਹੈ ਜੀ। ਇਹ ਹੈਗਾ ਆਪਾਂ ਨੂੰ ਡਿਪਾਰਟਮੈਂਟ ਵਾਲਾ ਟਰੈਕਟਰ, ਉਦੋਂ ਬਾਅਦ ਆਪਾਂ ਲਿਆਂਦਾ ਘਰੇਲੂ ਟਰੈਕਟਰ, ਅਤੇ ਆਹ ਟਰੈਕਟਰ ਵੀ ਜਾਂਦਾ ਐਂ ਦੱਸਦਾ ਵੀ ਜਵਾਨੀ ਹੈ ਚੋਪਰ 'ਤੇ। ਇਹ ਹੈਗਾ 2002 ਮਾਡਲ, ਠੀਕ ਆ, ਅਤੇ ਚੁਬਾ ਆਪਾਂ, ਠੀਕ ਆ। ਅਤੇ ਚੱਲਦੇ ਆ ਜੋ ਆਪਾਂ ਪਹੁੰਚਦੇ ਵਰਕਸ਼ਾਪ 'ਤੇ, ਠੀਕ ਆ, ਅਤੇ ਗੱਲਬਾਤ ਕਰਦੇ ਹਾਂ। ਲਓ ਵੀ ਜੱਟੋ ਪਹੁੰਚ ਗਏ ਆਪਾਂ ਹੁਣ ਭਾਈ ਰੂਪੇ, ਹੈ ਨਾ। ਅਤੇ ਜਿਹੜਾ ਗੌਰਮੈਂਟ ਡਿਪਾਰਟਮੈਂਟ ਵਾਲਾ ਟਰੈਕਟਰ ਆ ਨਾ, ਉਸ ਨੂੰ ਦੱਸਦੀ ਹੈ ਵੀ ਆਪਣਾ ਹੁੰਦੇ ਆ ਉਹਦੀ ਜਿਹੜਾ ਛੋ ਵਗੈਰਾ ਕੀ ਜਾਂ ਹੋਰ ਸਮਾਨ ਸੀਗਾ, ਉੱਦਣ ਅਸੀਂ ਵੇਖਣ ਗਏ ਸੀਗਾ, ਮੈਂ ਤਾਂ ਹੈ ਨਹੀਂ ਸੀਗਾ, ਅਤੇ ਬਾਈ ਲੈ ਆਇਆ ਸੀਗਾ, ਅਤੇ ਅੱਜ ਅਸੀਂ ਉੱਥੋਂ ਹੀ ਆਉਂਦੇ ਹੋਏ ਸਾਰੇ ਟਰੈਕਟਰ ਲਏ ਆ, ਉਹ ਆ ਗਏ ਆ ਘਰੇ ਦਰਸ਼ਨ, ਹੈ ਨਾ। ਠੀਕ ਆ ਜੀ, ਰੇਸ ਲਾਉਂਦੇ ਆ ਤੇਜੂ ਘਰੇ ਵੀ, ਅਤੇ ਇੱਧਰ ਹੜਦੇ ਨਹੀਂ ਪੁੱਤ। ਚੱਲਦੇ ਆਪਾਂ ਵਰਕਸ਼ਾਪ ਦੇ ਦਿਖਾਉਣੇ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਵਗੈਰਾ, ਹੈ ਨਾ। ਅਤੇ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਵੀਡੀਓ ਨੂੰ। ਲਓ ਜੀ ਲਾਤੇ ਵਰਕਸ਼ਾਪ 'ਤੇ ਆਪਾਂ, ਚੱਲਦੇ ਆ ਗਏ ਭਾਈ ਰੂਪੇ ਵਰਕਸ਼ਾਪ ਆ, ਬ੍ਰਿਜ ਦੇ ਨਾਲ ਆ, ਜੇ ਕਿਸੇ ਨੇ ਇੱਥੇ ਕਈ ਨਹੀਂ ਪਤਾ ਲੱਗਦਾ ਪੁੱਛ ਲਿਓ, ਰੂਪ ਐਗਰੋ ਜਾਣਾ ਭਾਈ ਰੂਪੇ ਸੁੱਖੇ ਕੋਲੇ। ਲਓ ਜੀ ਐਂਟਰੀ, ਅਤੇ ਆਪਾਂ ਵੀ ਕਾਰ ਇੱਥੇ ਹੀ ਲਾ ਦਈਏ, ਅਤੇ ਬਾਕੀ ਆ ਜਿਹੜੇ ਲਾ ਦੇ ਨਾ ਇੱਥੇ ਹੀ ਲਾ ਦਿੰਦੇ, ਚਲੋ ਬਾਗ ਗੇਟ ਜਾਂ ਹਵਾਈ ਨਾ ਭਿੜਦਾ ਮੈਂ ਕਿਹਾ ਭਰਾਵਾ। ਉਹ ਸ਼ੋਅ ਪਈ ਆ ਉੱਦਣ ਲਿਆਂਦੀ ਸੀ ਨਾ, ਉੱਥੇ ਲੱਦ ਲਏ ਸੀ ਕੈਂਪਰ 'ਤੇ, ਕੈਂਪਰ 'ਤੇ ਲੱਦ ਕੇ ਲਿਆ। ਅੱਛਾ ਚਲੋ ਆ ਜਾਓ ਵੀ ਦਿਖਾਉਣੇ ਤੁਹਾਨੂੰ, ਹੈ ਨਾ ਸਾਰਾ। ਅਤੇ ਫਾਈਨਲੀ ਹੁਣ ਆਪਾਂ ਵੀ ਉੱਤਰੋ ਆ ਗਏ ਇੱਥੇ, ਹੈ ਨਾ। ਮੌਕੇ ਤੋਂ ਖਾਸਾ ਟਾਈਮ ਲੱਗ ਜਾਂਦਾ ਕਿਉਂਕਿ ਕਾਰ 'ਤੇ ਥੋੜ੍ਹਾ ਲੱਗਦਾ।
मैं तो कहते तू आ जा इधर आ जा मैं तो पता ही नहीं मैनू भी ए करके लेके आना ठीक है आ लिया पहला तो ये करो दर्शन ये है डिपार्टमेंट वाला ट्रैक्टर जिवें तुहानू पहला क्वाड़ दे विच खड़े दिखाउणे हुंदा ना वी डिपार्टमेंट वाले गवर्नमेंट वाले हुंदे कई आर्मी वाले हुंदे कई होर हुंदे आ तां इह ओह ट्रैक्टर हैगा इह हैगा 96 मॉडल इह 96 दे मार्के वाला ही सारा के सारे 96 दे मार्के वाले ओरिजिनल वाला सारा इहदा पंप वगैरह भी है ना ते आह कंडीशन हुंदी आ ठीक आ ते बाकी आह पिछों तुहानू दिखा दईए मड़गाड़ भी वधिया साफ पिया हुण तां गले तां है नहीं है ना इह वैसे तां बणा के नवीं लावांगे हालत है बाकी जी शो वगैरह ये उदन बन के दसदा मैं तो है नहीं आ लिया आ पई है शो ठीक है ते बाकी उधरली साइड आप लाता ना वह भी दिखाने तो यह है 96 मॉडल मैं रेट थोड़ा दस दूंगा पर तुम भी जरूर दस्यो भी किन्ने का होना चाहिए है ट्रैक्टर ठीक है ट्रैक्टर चिप वाली आर सी आ नंबर है सी एच है चंडीगढ़ ठीक है तो जरा दूजा वह भी थोड़ा दिखाने पी वी 31 नंबर आ ट्रैक्टर का ठीक है जी वो हैगा 2000 ये हूँ ए कह ला भी असी करनी है डाक्टरी सो जिमें जिमें अपन लोट लगे ना बहुत बड़े बदलाव करने आम मॉडिफिकेशन नालों सो परमात्मा कृपा करे है ना तो वह भी दिखाने सू जाके आ लाता भीर हूँ इधर घर लाता है 2002 मॉडल है आ कंडीशन मैंने बहुत साफ पाया जिमें ट्रैक्टर मुताबक 2002 मॉडल है दस्यो टायर वगैरह हो गए 40 पैसे है ना 35-40 पैसे आते बाकी आ सारा चेंज ही हो गया HMT जीटर आ गया है ना आ चीजा चेंज हो जाए कई गल् दसिया मैनू बई ने ते एदा आपां की कुछ करना एदा जिवें मॉडिफिकेशन देनी है ना DI करके हाँ इन्हें तो आप करना है ना वो आप मित्रों वह करना अपना सारा ही वो तो चेंज ही करके वेखना है ना चाबी कट्ट वाली है आ हाल तो वधिया पिया ट्रैक्टर है ना सारा ही ये भी थोनू दस देंगे बाकी आ खड़े होंगे बाई को है ना ये सोच नहीं यार कट्टी जी माड़ा देखी हाँ होगी हो गया नहीं बंद उपर कढ़ते चाबी बहर कढ़ हाँ हूँ हो गया चाबी क्ढ़ी तो सी मैं नाल ला दी ते बाकी थोनू पता ही हुंदा यार पावर स्टीयरिंग वखरे तरीके नाल करया हां ए टैंकी वो इत्थे बनाती हैं इत्थे बनाई हुई किसी दी आऊं मैं देखया सी अपना भाई हरी के कलों ओदे भी ऐ बनाया हुआ सीगा वधिया ठीक लग्या पहला हफ्ता तो पहला पावर स्टीयरिंग करया सी ऐ करया सीगा आ चीज है मान के चल आ ए दसो दसो दी हैना ए ओसी दी मतलब जेड़ा हुंदा गा स्टीयरिंग ओसी दी करता खराद करके विचों कहो करके क्या पता ने ए दा की कुछ करना है ए शो करनी है ट्रैक्टर काम करना पूरा रीज नाल जचाउणा बाकी हुण मैं चलदा थोनू अपना बंदा तेजू नूं पुछदे आ ठीक है की काम करी जांदा हुण इसे दीआं वीडियो आया करनी आपां यही काम करना बलॉग बनने बलॉग तो रूप एग्रो उत्ते भी आया करनगे अपने वाला तो हैगा ही हैगा ठीक है जी लो जी आ देखो तुसीं ਬਾਈ ਜੀ ਤੁਸੀਂ ਰੇਸ ਬਹੁਤ ਲਾ ਰਹੇ ਸੀ ਟਰੈਕਟਰਾਂ ਦੀ ਬਾਈ ਚਾਹ ਹੁੰਦਾ ਨਵੇਂ ਟਰੈਕਟਰ ਨਵੇਂ ਟਰੈਕਟਰ ਦਾ ਚਾਹ ਸੀਗਾ ਤੇ ਬਰਾਬਰ ਦੌੜ ਲਾ ਰਹੇ ਸੀ ਯਾਰ ਐ ਗਲਤ ਗੱਲ ਨਹੀਂ ਯਾਰ ਇਹਨਾਂ ਰੇਸਾਂ ਦੇ ਦੇਖ ਰੇਸਾਂ ਦਿੰਨੇ ਤੁਸੀਂ ਵਾਰ-ਵਾਰ ਉੱਥੇ 5-10 ਮਿੰਟ ਤੱਕ ਕਰ ਹੀ ਸਕਦੇ ਆ ਕਰ ਸਕਦੇ ਆ ਕਿੰਨਾ ਕੁ ਚਾਹ ਫਿਰ ਬੈਠੇ ਕਿਵੇਂ ਲੱਗਿਆ ਹੁਣ ਟਰੈਕਟਰ ਚਲਾ ਕੇ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਹੁਣ ਤੁਸੀਂ ਕੀ ਕਰ ਰਹੇ ਹੋ ਇਸ ਟਾਈਮ ਲੌਕ ਫਿਟ ਕਰ ਰਹੇ ਹਾਂ ਇਹ ਮੈਨੂੰ ਐ ਦੱਸ ਇਹ ਲੌਕ ਵੱਜਦਾ ਕਿਹੜਾ ਜੇ ਕਿਸੇ ਨੇ ਮਤਲਬ ਮੇਰੇ ਭਰਾ ਅੱਗੇ ਲਾਉਣਾ ਹੋਵੇ ਕੀ ਨਹੀਂ ਹੁੰਦੇ ਹੈ ਨਾ ਸੋਨਾਲੀਕਾ ਦੀ ਸ਼ੋ ਵਾਲਾ ਸੋਨਾਲੀਕਾ ਦੀ ਸ਼ੋ ਵਾਲਾ ਜਿੱਥੋਂ ਕਿੱਥੋਂ ਲੈ ਸਕਦੇ ਸਪੇਅਰ ਪਾਰਟ ਟਰੈਕਟਰਾਂ ਦੇ ਕਿੰਨੇ ਕ ਤੱਕ ਦਾ ਮਿਲ ਜਾਂਦਾ ਇਹ 8-9 ਸੌ ਦਾ ਹੋਊਗਾ ਹੈ ਠੀਕ ਹੈ ਇਹ ਲੌਕ ਆ ਵੀਰੋ ਜੇ ਕਈ ਵਾਰੀ ਭਰਾ ਮੈਨੂੰ ਪੁੱਛਦੇ ਵੀ ਆਹ ਲੌਕ ਆ ਤਾਂ ਹੁਣ ਤੁਹਾਨੂੰ ਦੱਸਦਾ ਹੈ ਨਾ ਹੀਰ ਯਾਰ ਸਕਿੱਪ ਹੋ ਜਾਂਦਾ ਤੇ ਆਹ ਪਲੇਟਫਾਰਮ ਲੱਗ ਰਿਹਾ ਟਰੈਕਟਰ ਨੂੰ ਇੱਕ ਆਹ ਚੀਜ਼ ਮੈਂ ਦੇਖੀ ਆ ਟਰੈਕਟਰ ਦੇ ਨਾ ਬੈਂਡ ਕਰਿਆ ਹੋਇਆ ਹਿੱਸਾ ਉਹੀ ਤੇ ਇਹਦੇ ਨਾਲ ਕਟਾਈ ਦਾ ਫਰਕ ਪੈ ਜਾਂਦਾ ਨਾਰਮਲੀ ਕਹਿ ਲਈਏ ਹੈ ਨਾ ਥੋੜ੍ਹੇ ਘੋਟੇ ਜਿਹੇ ਗਏ ਟਾਇਰ ਆਏ ਇਹਨੂੰ ਲੱਗਦੇ ਆ ਠੀਕ ਹੈ ਜੀ ਤੇ ਪਲੇਟਫਾਰਮ ਐਂ ਲੱਗਦੇ ਆ ਪੂਰੇ ਬਾਕੀ ਪੈਡਲ ਵਗੈਰਾ ਤੁਸੀਂ ਆਹ ਦੇਖੋ ਹੈ ਨਾ ਸਾਰੀ ਸੈਟਿੰਗ ਕਰਕੇ ਬੰਦੇ ਨੂੰ ਕੰਫਰਟੇਬਲ ਹੋਵੇ ਫੀਲ ਸਾਰਾ ਹੈ ਨਾ ਤਾਂ ਬਣਦਾ ਸ਼ੋਅ ਚੱਕਦੀ ਆਪਾਂ ਕਰਦੇ ਹਾਂ ਹਮੇਸ਼ਾ ਹੀ ਇੱਥੇ ਹੀ ਹੁੰਦੀ ਹੈ ਨਾ ਸਾਰੀ ਸ਼ੋਅ ਚੱਕਦੀ ਕੀਤੀ ਹੈਗੀ ਠੀਕ ਹੈ ਜੀ ਅਤੇ ਹਿੰਦੁਸਤਾਨ ਸੁਪਰ ਸੁਪਰ ਬਾਰੇ ਤਾਂ ਦੇ ਦੇ ਜਾਣਕਾਰੀ ਇਹ ਸੁਪਰ ਵੀ ਤੈਂ ਫੜ ਰੱਖਿਆ ਫਿਰ ਇਹਨੇ ਛੱਡਦੇ ਹੁਣ
ਸੁੱਖੇ ਕੋਲੇ ਬਿਲਕੁਲ 59 ਰੱਖਦਾ ਨਹੀਂ ਯਾਰ ਐ ਨਾ ਕਿ ਆ ਮੁੰਡੇ ਨਾਲ ਬੁਲਾਉਣੇ ਆ ਦੇਖ ਯਾਰ ਇਹਨੂੰ ਸ਼ੌਂਕ ਆ ਕੰਮ ਕਰਨ ਦਾ ਹਨਾ ਪੜਦਾ ਵੀ ਹੁੰਦਾ ਬਾਈ ਪੜਦਾ ਮੈਂ ਪੜਨਾ ਜ਼ਰੂਰੀ ਆ ਕੰਮ ਤਾਂ ਜੋ ਮਰਜ਼ੀ ਕਰ ਲੈਣ ਸਿੱਖਣਾ ਜ਼ਰੂਰੀ ਆ ਪਰ ਨਾਲ ਤੇ ਬਾਕੀ ਕੋਈ ਵੱਡੀ ਗੱਲ ਆਪਾਂ ਸਾਰੇ ਦੱਸਦੇ ਰਹਿੰਦੇ ਹਾਂ ਟੈਂਕੀ ਵਗੈਰਾ ਬਣਦੀ ਆ ਟਰੈਕਟਰ ਦੀ ਟੈਂਕੀ ਤੁਸੀਂ ਲੈ ਸਕਦੇ ਪਰ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਹੋਰ ਚੀਜ਼ ਕਰ ਰਹੇ ਹਾਂ ਤੁਹਾਨੂੰ ਕਿੱਟਾਂ ਮਿਲ ਜਾ ਕਰਨੀਆਂ ਪਲੇਟਫਾਰਮ 'ਤੇ ਆਪਦਾ ਫਿੱਟ ਕਰਾਓ ਹੈ ਨਾ ਬਣੀਆਂ ਬਣਾਈਆਂ ਅਤੇ ਆਹ ਮਿੱਤਰੋ ਟੈਂਕੀ ਬਾਰੇ ਤਾਂ ਤੁਸੀਂ ਜਾਣਦੇ ਹੋ ਸਾਰਾ ਸ਼ੁਰੂ ਤੋਂ ਟੈਂਕੀਆਂ ਦੇ ਮਾਹਰ ਆ ਮਡਗਾੜ ਹੋ ਗਿਆ ਠੀਕ ਆ ਸ਼ੋਅ ਹੋ ਗਿਆ ਪਲੇਟਫਾਰਮ ਕੋਈ ਮਰਜ਼ੀ ਚੀਜ਼ ਬਣਾਓ ਭਾਈ ਰੂਪੇ ਜਿੱਥੋਂ ਮਰਜ਼ੀ ਪੁੱਛ ਲਿਓ ਵੀ ਆਹ ਤੱਕ ਹੋਰ ਨਵਾਂ ਸੱਪ ਕੱਢ ਲਿਆ ਪੰਦਰ ਇਹ ਹੈਗਾ ਆਰ ਪੀ ਐਮ ਮੀਟਰ ਹੁੰਦਾ ਲੇਜ਼ਰ ਵਾਲਾ ਹੈ ਨਾ ਵੇਖੋ ਮਿੱਤਰੋ ਕਹਿੰਦਾ ਇੱਕ ਪੱਲੇ ਚੱਕਦੇ ਸੀ ਸਾਰੀ ਸ਼ੋਅ ਚੱਕਤੀ ਕਰਤੀ ਹੈ ਨਾ ਜਾਂਦੇ ਆਪਾਂ ਪਹਿਲਾਂ ਵੀ ਸਾਰੀਆਂ ਵੀਡੀਓ ਪਾਈਆਂ ਅਤੇ ਬਾਈ ਜੀ ਇਹ ਤੋਂ ਕਿੰਨਾ ਸਮਾਂ ਲੱਗ ਜਾਂਦਾ ਇਹ ਸਿੱਖਲੀ ਇਹ ਕਰਨ ਹੁਣ ਇਹ ਸਾਰੀਆਂ ਮਤਲਬ ਟ੍ਰੈਂਡ ਚੱਲ ਪਿਆ ਵੀ ਕਿਵੇਂ ਆ ਮਤਲਬ ਸਾਰੀ ਕਰਵਾ ਰਹੇ ਆ ਪਹਿਲਾਂ ਇਕੱਲੇ ਟਾਪੇ ਦਾ ਚੱਲਿਆ ਸੀ ਆਪਾਂ ਪਹਿਲਾਂ ਹਾਂ ਹੁਣ ਕਿੰਨੇ ਕੁ ਕਰਵਾ ਰਹੇ ਆ ਇਹ ਸਾਰੇ ਟੋਟਲੀ ਸਾਰੀ ਜਾਗਰੀ ਕਰਵਾ ਰਹੇ ਜਿੰਨੇ ਵੀ ਟਰੈਕਟਰ ਸਾਰੀ ਜਾਗਰੀ ਕਰਤੀ ਆ ਉਹ ਤਾਂ ਆਪਾਂ ਕਰਨੀ ਕਰਨੀ ਆਪਾਂ ਲੈ ਆਏ ਮਤਲਬ ਹੁਣ ਉਹ 'ਤੇ ਲਾਉਣਾ ਜ਼ੋਰ ਹੁਣ ਉਸੇ ਦੇ ਬਲੌਗ ਪਾਇਆ ਕਰਨੇ ਆਪਾਂ ਜਾਣਕਾਰੀ ਦਿਆ ਕਰਨੀ ਅਤੇ ਇਹ ਵੀਰ ਆਪਣਾ ਜਿਹੜਾ ਕੈਮਰਾ ਫੜ ਰੱਖਿਆ ਸੀਗਾ ਇਹ ਕੀ ਨਾਂ ਦੱਸਿਆ ਸੀ ਵੀਰੇ ਤੇਰਾ ਜਸ਼ਨ ਆ ਇਹ ਠੀਕ ਆ ਆਉਣ ਵਾਲੇ ਟਾਈਮ 'ਚ ਇਹਨੇ ਮਿਸਤਰੀ ਬਣਨਾ ਪੂਰਾ ਐਕਸਪਰਟ ਨਾਲ ਪੜ੍ਹਾਈ ਕਰਨੀ ਆ ਕਿਉਂਕਿ ਇਹਦੇ ਕੋਲ ਐਜੂਕੇਸ਼ਨ ਵੀ ਆ ਅਤੇ ਐਕਸਪੀਰੀਅੰਸ ਵੀ ਹੋਣਾ ਕੰਮ ਦਾ ਹੈ ਨਾ ਅਤੇ ਬਾਕੀ ਆਹ ਸਾਰਾ ਤੁਹਾਨੂੰ ਦੱਸਤਾ ਨਾ ਹਜੇ ਮੈਂ ਪਹਿਲੀ ਵਾਰ ਇੱਦਾਂ ਦਾ ਮਤਲਬ ਇਹ ਵੀਡੀਓ ਪਾ ਰਿਹਾ ਪਰ ਜਿਵੇਂ ਜਿਵੇਂ ਅਸੀਂ ਟਰੈਕਟਰ ਨੂੰ ਖੋਲਾਂਗੇ ਤੁਹਾਨੂੰ ਨਾਲ ਸਾਰੀ ਵੀਡੀਓ ਦੇ ਚੱਲਾਂਗੇ ਅਤੇ ਸ਼ੇਅਰ ਕਰਦੇ ਵੀਡੀਓ ਨੂੰ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ।